हाँ कमल बोल। ठीक है, मेरे उत्थे जाना भी जरूरी है ते इत्थे रुकना भी उन्ना ही जरूरी है। भामनी नूं कल्ले छड्ड के मैं किवें जा सकता, पर करां तां की करां। भावनी बहू हुण ठीक है ना करण पुत्र? चल शुक्र है माता रानी दा, हुणे आराम करूगी ना पुत्र, उन्नी ही छेती ठीक हो जूगी। ਤੇ ਤੂੰ ਪੁੱਤ 18-18, 20-20 ਘੰਟੇ ਡਿਊਟੀ ਕਰਕੇ ਸਿਹਤ ਦਾ ਹਾਲ ਦੇਖ ਕੇ ਬਣਾਇਆ, ਖਾਣਾ ਬਣਿਆ ਪਿਆ। ਮੇਰਾ ਪੁੱਤਰ ਮੂੰਹ ਹੱਥ ਧੋ ਲੈ, 4 ਦਾਣੇ ਅੰਨ ਦੇ ਢਿੱਡ 'ਚ ਜਾਣਗੇ। ਚੱਲ ਮੇਰਾ ਪੁੱਤ। ਭੂਆ ਜੀ ਚੰਗਾ ਹੋਇਆ ਕਿ ਤੁਸੀਂ ਆ ਗਏ। ਵੇਖੋ ਜੀ, ਹਾਲੇ ਭਾਵਨੀ ਸੁੱਤੀ ਹੋਈ ਹੈ ਪਰ ਦਿਮਾਗੀ ਤੌਰ 'ਤੇ ਬੜੀ ਡਰੀ ਹੋਈ ਹੈ। ਮੈਂ ਤਾਂ ਇਹਨੂੰ ਛੱਡ ਕੇ ਜਾਣਾ ਨਹੀਂ ਚਾਹੁੰਦਾ, ਪਰ ਮੈਨੂੰ ਥਾਣੇ ਵਿੱਚ ਕੁਝ ਜ਼ਰੂਰੀ ਕੰਮ ਆ ਗਿਆ ਅਤੇ ਜਾਣਾ ਹੀ ਪੈਣਾ। ਤੁਸੀਂ ਥੋੜ੍ਹੀ ਦੇਰ ਲਈ ਇਹਦੇ ਕੋਲ ਬਹਿ ਜਾਓ ਅਤੇ ਇਹਦਾ ਖਿਆਲ ਰੱਖਣਾ। ਕਰਨ ਪੁੱਤਰ, ਲੈ ਮੈਂ ਤਾਂ ਦਿਨ ਰਾਤ ਇਹਦੇ ਕੋਲ ਬੈਠੀ ਰਹਿੰਦੀ ਹਾਂ, ਪਰ ਤੈਨੂੰ ਪਤਾ ਹੈ ਜਦੋਂ ਭਾਵਨੀ ਬਹੂ ਆਪਾ ਖੋ ਲੈਂਦੀ ਹੈ ਨਾ, ਉਹ ਤਾਂ ਫਿਰ ਇਹ ਤਾਂ ਕਿਸੇ ਤੋਂ ਵਸ 'ਚ ਨਹੀਂ ਆਉਂਦੀ। ਮੈਨੂੰ ਬਸ ਆਹੀ ਡਰ ਲੱਗਦਾ ਵੀ ਕਿਤੇ ਮੇਰੇ 'ਤੇ ਨਾ ਪੁੱਤੇ ਹਮਲਾ ਨਾ ਕਰਦੇ। ਹੋਰ ਤਾਂ ਕੁਛ ਨਹੀਂ ਕਰਨ ਪੁੱਤਰ। ਨਹੀਂ ਨਹੀਂ ਭੂਆ ਜੀ, ਮੈਨੂੰ ਪੂਰਾ ਭਰੋਸਾ ਹੈ, ਭਾਵਨੀ ਇੱਕਦਮ ਠੀਕ ਹੈ, ਇਹਨੂੰ ਕੁਛ ਨਹੀਂ ਹੋਇਆ। ਪਰ ਹਾਂ, ਜੇ ਤੁਸੀਂ ਡਰੇ ਹੋਏ ਹੋ ਇਹ ਮੈਂ ਸਮਝ ਸਕਦਾ। ਤੁਸੀਂ ਕੰਮ ਕਰੋ, ਤੁਸੀਂ ਸਿਮਰਨ ਨੂੰ ਬੁਲਾ ਲਿਓ ਅਤੇ ਉਹ ਵੀ ਤੁਹਾਡੇ ਨਾਲ ਇਹਦੇ ਕੋਲ ਬਹਿ ਜਾਏਗੀ, ਫਿਰ ਤਾਂ ਠੀਕ ਹੈ ਨਾ? ਠੀਕ ਹੈ ਭਾਅ ਜੀ। ਛੁਟਕੂ, ਤੂੰ ਇੰਨੀ ਦੇਰ ਤੋਂ ਮਾਤਾ ਰਾਣੀ ਦਾ ਜਾਪ ਕਰ ਰਹੇ ਸੀ ਛੁਟਕੂ, ਹੁਣ ਤਾਂ ਮਾਤਾ ਰਾਣੀ ਨੇ ਸੁਪਰ ਮਮ ਨੂੰ ਠੀਕ ਕਰ ਦੇਣਾ। ਹਾਂ, ਸੁਪਰ ਆਂਟੀ ਤਾਂ ਠੀਕ ਹੀ ਨੇ, ਪਰ ਉਹਨਾਂ ਨੂੰ ਬਸ ਮਾੜਾ ਜਿਹਾ ਸਮਝਾਉਣਾ ਪੈਣਾ ਹੈ ਕਿ ਅੱਜ ਜੋ ਵੀ ਹੋਇਆ ਉਸ ਵਿੱਚ ਉਹਨਾਂ ਦੀ ਕੋਈ ਵੀ ਗਲਤੀ ਨਹੀਂ ਸੀ। ਪਰ ਉਹ ਕਿਵੇਂ, ਅਸੀਂ ਉਹਨਾਂ ਨੂੰ ਕਿਵੇਂ ਸਮਝਾਵਾਂਗੇ ਛੁਟਕੂ? ਪਹਿਲੇ ਤਾਂ ਸਾਨੂੰ ਆਪ ਸਮਝਣਾ ਪੈਣਾ ਕਿ ਅੱਜ ਹੋਇਆ ਕੀ ਸੀ। ਯਾਦ ਕਰ, ਉੱਥੇ ਹੋਰ ਕੋਈ ਵੀ ਨਹੀਂ ਸੀ, ਬਸ ਤੂੰ, ਮੈਂ ਤੇ ਸੁਪਰ ਆਂਟੀ, ਤੇ ਅਸੀਂ ਉਹਨਾਂ ਨੂੰ ਬਾਰ ਬਾਰ ਆਪਣੇ ਤੇ ਰੰਗ ਲੈਣ ਲਈ ਕਹਿ ਰਹੇ ਸੀ। ਜਦੋਂ ਸੁਪਰ ਆਂਟੀ ਅੰਦਰੋਂ ਬਾਹਰ ਆਏ ਸੀ ਤਾਂ ਉਹਨਾਂ ਦੇ ਹੱਥ ਤਾਂ ਖਾਲੀ ਸੀ, ਨਾ ਕੋਈ ਬੰਦੂਕ ਤੇ ਨਾ ਕੋਈ ਪਿਚਕਾਰੀ। ਫਿਰ ਉਹਨਾਂ ਨੇ ਪਿਚਕਾਰੀ ਬਾਲਟੀ ਵਿੱਚੋਂ ਲਈ ਸੀ। ਹਾਂ ਹਾਂ, ਮੈਨੂੰ ਯਾਦ ਹੈ, ਉਹ ਪਿਚਕਾਰੀ ਮੰਮੀ ਨੇ ਬਾਲਟੀ ਚ ਰੱਖੀ ਸੀ। ਇਸ ਹਿਸਾਬ ਨਾਲ ਤੇਰੀ ਮੰਮੀ ਨੇ ਸੁਪਰ ਆਂਟੀ ਨੂੰ ਗੰਨ ਦਿੱਤੀ, ਪਰ ਕਿਉਂ? ਇਹਦਾ ਪਤਾ ਲਗਾਉਣਾ ਪੈਣਾ। ਹਾਂ, ਪਤਾ ਤਾਂ ਲਗਾਉਣਾ ਪੈਣਾ, ਪਰ ਉਹ ਕਿਵੇਂ? ਐਵੇਂ, ਤੂੰ ਵੀ ਨਾ ਬਿਲਕੁਲ ਚੱਲ ਰਹੀ ਹੈ, ਸਾਰੇ ਜਸੂਸ ਐਵੇਂ ਹੀ ਕਾਲੀਆਂ ਐਣਕਾਂ ਪਾ ਕੇ ਸੱਚ ਲੱਭਦੇ ਨੇ। ਪਰ ਜੇ ਸਾਨੂੰ ਇਹ ਸੱਚ ਲੱਭਣਾ ਹੈ ਤਾਂ ਸਾਨੂੰ ਆਪਣੀਆਂ ਅੱਖਾਂ ਤੇ ਕੰਨ ਖੋਲ ਕੇ ਸੱਚ ਲੱਭਣਾ ਪੈਣਾ। ਬਸ ਭੂਆ ਜੀ, ਏਦਾਂ ਹੀ ਕਿਸੇ ਮੌਕੇ ਦੀ ਤਲਾਸ਼ ਵਿੱਚ ਸੀ ਮੈਂ। ਬਸ ਹੁਣ ਸਾਡੀ ਪਲੈਨਿੰਗ ਦੀ ਅਗਲੀ ਪੌੜੀ ਚੜ੍ਹਨ ਦਾ ਵੇਲਾ ਆ ਗਿਆ ਹੈ। ਅਸੀਂ ਆ ਰਹੇ ਹਾਂ, ਬੜੀ ਛੇਤੀ ਆ ਰਹੇ ਹਾਂ। ਚਲੋ ਰਾਜ। ਚੱਲ ਤਾਂ ਮੈਂ ਪਹਿਨਾਂ, ਪਰ ਇੱਕ ਵਾਰੀ ਫੇਰ ਸੋਚ ਲਾਂ ਕਿ ਆਪਾਂ ਨੂੰ ਇਹ ਇੰਜੈਕਸ਼ਨ ਪਾਵਨੀ ਨੂੰ ਲਾਉਣਾ ਚਾਹੀਦਾ ਵੀ ਹੈ ਕਿ ਨਹੀਂ, ਕਿਉਂਕਿ ਜਦੋਂ ਵੀ ਆਪਾਂ ਇਹੋ ਜਿਹਾ ਕੁਝ ਸੋਚਦੇ ਹਾਂ ਆਪਣੀ ਚਾਲ ਆਪਣੇ ਤੇ ਹੀ ਪੁੱਠੀ ਪੈ ਜਾਂਦੀ। ਤੁਸੀਂ ਫਿਕਰ ਨਾ ਕਰੋ ਰਾਜ, ਇਸ ਵਾਰ ਸਾਡੀ ਚਾਲ ਬਿਲਕੁਲ ਨਿਸ਼ਾਨੇ ਤੇ ਵੱਜੂਗੀ। ਇਸ ਵਾਰ ਤਾਂ ਸਾਡੀ ਕਿਸਮਤ ਵੀ ਸਾਡੇ ਨਾਲ ਹੈ, ਤਾਂ ਹੀ ਤਾਂ ਇੰਨੀ ਛੇਤੀ ਪਾਵਨੀ ਸਾਨੂੰ ਇਕੱਲੀ ਮਿਲ ਗਈ।
ਇਸ ਵੇਲੇ ਨਾ ਤੇ ਪਾਵਨੀ ਤੇ ਕੋਈ ਨਜ਼ਰ ਰੱਖਣ ਵਾਲਾ ਤੇ ਨਾ ਹੀ ਸਾਨੂੰ ਕੋਈ ਰੋਕਣ ਵਾਲਾ। ਬਾਰ ਬਾਰ ਫੋਨ ਕਰੀ ਜਾ ਰਿਹਾ, ਪਾਵਨੀ ਪੁੱਤਰ ਫੋਨ ਪਤਾ ਨੀ ਕਿਉਂ ਨੀ ਚੱਕ ਰਹੀ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਤੂੰ ਤੂੰ ਇੱਥੇ ਕਿਵੇਂ, ਇਹਨੂੰ ਅੰਦਰ ਕਿਵੇਂ ਆਉਣ ਦਿੱਤਾ? ਉਹ ਇਹਨੂੰ ਮੈਂ ਕਿਹਾ ਜੀ ਮੈਂ ਮਿਲਣਾ ਸੀ ਤੁਹਾਨੂੰ। ਜੋ ਤੂੰ ਚਾਹੁੰਦਾ ਉਹ ਮੈਂ ਕਰ ਰਿਹਾ ਨਾ, ਫਿਰ ਬਾਰ ਬਾਰ ਇੱਥੇ ਆਉਣ ਦਾ ਮਤਲਬ? ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਜੀ ਮੈਂ ਕੌਣ ਆ। ਮੇਰਾ ਨਾਮ ਲਾਡਵੀਰ ਸਿੰਘ ਹੈ ਜੀ। ਮੇਰੀ ਮਾਂ ਨੇ ਨਾ ਬੜੇ ਲਾਡਾਂ ਨਾਲ ਮੇਰਾ ਨਾਮ ਲਾਡਵੀਰ ਸਿੰਘ ਰੱਖਿਆ ਤੇ ਫਿਰ ਆਪ ਹੀ ਲਾਡਾਂ ਨਾਲ ਲੱਡੂ ਲੱਡੂ ਕਹਿਣ ਲੱਗ ਪਈ। ਇਸ ਕਰਕੇ ਨਾ ਮੈਨੂੰ ਸਾਰੇ ਲੱਡੂ ਕਹਿੰਦੇ ਆ ਜੀ। ਉਹ ਤੁਹਾਡਾ ਪੁਰਾਣਾ ਡਰਾਈਵਰ ਨਾ ਜੀ ਸੁਰਿੰਦਰ, ਉਹਦੀ ਨੋਹਾਂ ਦਾ ਮੈਂ ਸਗਾ ਭਰਾ ਜੀ, ਉਹਨਾਂ ਦੇ ਘਰੇ ਰਹਿਣਾ। ਅੱਛਾ, ਤਾਂ ਇਹ ਸਾਰਾ ਕੀਤਾ ਧਰਿਆ ਸੁਰਿੰਦਰ ਦਾ ਹੈ ਤੇ ਹੁਣ ਉਹ ਇਸ ਤਰੀਕੇ ਨਾਲ ਮੈਨੂੰ ਬਲੈਕਮੇਲ ਕਰਨਾ ਚਾਹੁੰਦਾ ਹੈ? ਨਾ ਜੀ ਨਾ, ਇਹਨੇ 'ਚ ਤਾਂ ਸੁਰਿੰਦਰ ਦਾ ਕੁਛ ਲੈਣਾ ਦੇਣਾ ਹੀ ਹੈ ਨੀਗਾ। ਤੁਹਾਡਾ ਤੇ ਮੇਹਰ ਦਾ ਰਿਸ਼ਤਾ ਮੈਂ ਆਪ ਲੱਭਿਆ ਸੀ ਤੇ ਫਿਰ ਮੈਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤੂੰ ਇਹ ਨਾ ਸੋਚਿਆ ਕਿ ਜੇ ਮੇਰਾ ਖੋਪੜਾ ਪੁੱਠਾ ਹੋ ਗਿਆ ਤਾਂ ਤੂੰ ਆਪਣੇ ਪੈਰਾਂ ਤੇ ਤੁਰਨ ਫਿਰਨ ਜੋਗਾ ਨਹੀਂ ਰਹਿਣਾ। ਹਾਂਜੀ ਸੱਚ ਹੈ ਜੀ, ਸਾਰਾ ਕੁਛ ਸੱਚ ਹੈ ਜੀ, ਪਰ ਇਹ ਵੀ ਸੱਚ ਹੈ ਅੱਜ ਨਾ ਮੈਂ ਤੁਹਾਡੇ ਕੋਲ ਠੱਗ ਕੇ ਪੈਸੇ ਲੈਣ ਵਾਸਤੇ ਨਹੀਂ ਬਲਕਿ ਮਦਦ ਮੰਗਣ ਵਾਸਤੇ ਆਇਆ ਜੀ। ਮੈਂ ਤੇਰੇ ਵਰਗੇ ਬੰਦੇ ਦੀ ਮਦਦ ਕਿਉਂ ਕਰਾਂ? ਕਿਉਂਕਿ ਮੈਂ ਅੱਜ ਵੀ ਤੁਹਾਡੀ ਧੀ ਦੇ ਸਹੁਰਿਆਂ ਤੇ ਜਾ ਕੇ ਸਾਰਾ ਕੁਝ ਸੱਚ ਸੱਚ ਦੱਸ ਸਕਦਾ ਤੇ ਤੁਹਾਡੇ ਸਾਰੇ ਰਾਜ ਖੋਲ ਸਕਦਾ। ਕੀ ਚਾਹੁੰਦਾ? ਉਹਨਾਂ ਜੀ ਇੱਕ ਬੰਦਾ ਹੈ ਜੀ ਅੰਦਰ ਹੈ ਜੇਲ੍ਹ 'ਚ, ਮੈਂ ਚਾਹੁੰਦਾ ਤੁਸੀਂ ਉਹਦਾ ਮੂੰਹ ਹਮੇਸ਼ਾ ਵਾਸਤੇ ਬੰਦ ਕਰ ਦਿਓ। ਮੈਨੂੰ ਪਤਾ ਹੀ ਤੁਸੀਂ ਕਿੱਦਾਂ ਦੇ ਕੰਮ ਕਰਦੇ ਹੋ, ਤੁਸੀਂ ਆਪਣੀ ਰਾਜਨੀਤੀ ਚਮਕਾਉਣ ਵਾਸਤੇ ਕਿਸੇ ਨੂੰ ਵੀ ਆਪਣੇ ਰਾਹ ਤੋਂ ਹਟਾ ਸਕਦੇ। ਜਿੱਥੇ ਇੰਨੇ ਪਾਪ ਹੁੰਦੇ ਆ ਜੀ, ਇੱਕ ਹੋਰ ਸਹੀ, ਮੇਰਾ ਗਰੀਬ ਦਾ ਭਲਾ ਹੋ ਜਾਊਗਾ। ਆਹ ਦੇਖੋ ਜੀ, ਆਹ ਬੰਦਾ ਜੀ, ਮੈਂ ਨਾ ਕਿਵੇਂ ਛੋਟੇ ਰੋਲੇ 'ਚ ਇਹਨਾਂ ਨਾਲ ਰਲ ਗਿਆ ਤੇ ਮੈਨੂੰ ਹੁਣ ਡਰ ਹੈ ਕਿਤੇ ਜ਼ਬਾਨ ਨਾ ਖੋਲਦੇ ਤੇ ਮੈਂ ਚਾਹੁੰਦਾ ਜੀ ਆਪਣੀ ਜ਼ਬਾਨ ਖੋਲੇ। ਇਦੋਂ ਪਹਿਲਾਂ ਤੁਸੀਂ ਇਹਦੀ ਜ਼ਬਾਨ ਬੰਦ ਕਰ ਦਿਓ। ਜੇ ਤੁਸੀਂ ਇਹ ਕੰਮ ਨਾ ਕਰੋਗੇ ਤਾਂ ਮੈਨੂੰ ਤੁਹਾਡੀ ਧੀ ਦੇ ਸਹੁਰਿਆਂ ਬਾਰੇ ਪਤਾ ਹੀ। ਹੁਣ ਤਾਂ ਤੁਹਾਡੀ ਧੀ ਨੂੰ ਆਪਣੀ ਧੀ ਲੱਭਣ ਵਾਸਤੇ ਕਿਤੇ ਜਾਣਾ ਵੀ ਨਹੀਂ ਪੈਣਾ, ਉਹ ਤਾਂ ਉਹਦੇ ਕੋਲ ਹੀ ਰਹਿੰਦੀ ਹੈ। ਫਿਰ ਸੋਚੋ ਕੀ ਹੋਊਗਾ, ਤੁਹਾਡੀ ਧੀ ਦੇ ਸਹੁਰੇ ਜਦੋਂ ਤੁਹਾਡੀ ਧੀ ਤੇ ਉਹਦੀ ਧੀ ਨੂੰ ਘਰੋਂ ਧੱਕੇ ਮਾਰ ਕੇ ਕੱਢਣਗੇ। ਫਿਰ ਸਾਰਿਆਂ ਨੇ ਸਰਪੰਚ ਸਤਪਾਲ ਦੇ ਨਾਂ ਤੇ ਥੁੱਕਣਾ ਤੇ ਤੁਹਾਡੇ ਵਿਰੋਧੀਆਂ ਨੂੰ ਵੀ ਮੁੱਦਾ ਮਿਲਦਾ ਤੇ ਫਿਰ ਤੁਹਾਡੀ ਧੀ ਨੇ ਤੁਹਾਨੂੰ ਕਦੇ ਮਾਫ਼ ਨਹੀਂ ਕਰਨਾ। ਫਿਰ ਪਤਾ ਨਹੀਂ ਕੀ ਕੀ ਹੋਣਾ। ਬਕਵਾਸ ਬੰਦ ਕਰ। ਇੱਕ ਬੰਦਾ ਜੇਲ੍ਹ 'ਚ, ਇਹਦਾ ਕੰਮ ਸਿਰੇ ਚਾੜ ਦਿਓ। ਤੁਸੀਂ ਮੇਰੇ ਤੇ ਛੱਡ ਦੋ। ਹੁਣ ਦੇਖਿਓ ਇਸ ਇੰਜੈਕਸ਼ਨ ਦਾ ਕਮਾਲ। ਮੈਂ ਦਰਵਾਜੇ ਤੇ ਖੜਦੀ ਆ, ਕਿਤੇ ਕੋਈ ਆ ਨਾ ਜਾਵੇ।
ਨੂਰ ਅੰਦਰ ਕਿੱਥੇ ਜਾ ਰਹੇ ਹੋ? ਤੈਨੂੰ ਪਤਾ ਨੀ ਪਾਵਨੀ ਬਹੂ ਦੀ ਤਬੀਅਤ ਨੀ ਠੀਕ, ਉਹ ਆਰਾਮ ਕਰ ਰਹੀ ਹੈ ਅੰਦਰ। ਸਾਨੂੰ ਤਾਂ ਬਸ ਸੁਪਰ ਮਾਮ ਨੂੰ ਮਿਲਣ ਜਾਣਾ ਹੈ। ਉਹੀ ਤਾਂ ਤੈਨੂੰ ਮੈਂ ਕਹਿ ਰਹੀ ਹਾਂ ਕਿ ਤੇਰੀ ਸੁਪਰ ਮਾਮ ਦੀ ਤਬੀਅਤ ਨੀ ਠੀਕ। ਚਲੋ ਉਹਨੂੰ ਤੰਗ ਪਰੇਸ਼ਾਨ ਨਾ ਕਰੋ, ਚਲੋ ਚਲੋ ਬਾਹਰ ਚੱਲ ਕੇ ਖੇਡੋ, ਚਲੋ ਇੱਥੋਂ ਚਲੋ। ਮੈਨੂੰ ਨੀ ਪਤਾ, ਉਹ ਤਾਂ ਮੈਨੂੰ ਕੁਝ ਦੱਸਦੇ ਵੀ ਨਹੀਂ, ਨਾ ਮੈਨੂੰ ਨਾਲ ਲੈ ਕੇ ਜਾਂਦੇ ਆ। ਬਸ ਸੁਪਰ ਮਾਮ ਨੇ ਜੋ ਮੇਰਾ ਖਿਆਲ ਰੱਖਣਾ ਨੇ, ਤਾਂ ਉਹਨਾਂ ਨੂੰ ਮੈਂ ਆਪਣੇ ਮੰਮੀ ਪਾਪਾ ਤੋਂ ਜ਼ਿਆਦਾ ਪਿਆਰ ਕਰਦਾ ਹਾਂ। ਨੂਰ, ਕੀ ਤੇਰੇ ਮੰਮੀ ਪਾਪਾ ਬਿਮਾਰ ਨੇ? ਨਹੀਂ, ਤੇਰੇ ਸਾਹਮਣੇ ਤਾਂ ਅੱਜ ਭੱਜੇ ਫਿਰਦੇ ਸੀ। ਟੀਕਾ ਇਹ ਕਿਹਦੇ ਲਈ ਹੈ? ਕਿੱਥੇ ਸੁਪਰ ਆਂਟੀ ਨੂੰ ਤਾਂ ਨਹੀਂ ਲਾਣਾ? ਹੇ ਮਾਤਾ ਰਾਣੀ, ਕੀ ਮੇਰੀ ਸੁਪਰ ਆਂਟੀ ਸੱਚੇ ਬਿਮਾਰ ਨੇ? ਉਹਨਾਂ ਨੂੰ ਇੰਨੇ ਟੀਕੇ ਲਾਣੇ ਪੈ ਰਹੇ ਨੇ, ਮੈਨੂੰ ਤਾਂ ਕੁਛ ਵੀ ਸਮਝ ਨਹੀਂ ਆ ਰਿਹਾ। ਮੈਨੂੰ ਸਮਝਾਓ ਨਾ ਮਾਤਾ ਰਾਣੀ, ਇਹ ਕੀ ਹੋ ਰਿਹਾ ਹੈ? ਸੋਚਿਆ, ਮੈਨੂੰ ਤਾਂ ਕੁਛ ਵੀ ਨਹੀਂ ਸਮਝ ਆ ਰਿਹਾ। ਹੁਣ ਤੁਸੀਂ ਆਪ ਹੀ ਸੋਚਣਾ ਤੇ ਆਪ ਹੀ ਸਭ ਕੁਛ ਠੀਕ ਕਰਨਾ। ਜਿਵੇਂ ਤੁਸੀਂ ਦੁਨੀਆ ਦਾ ਭਲਾ ਕਰਦੇ ਹੋ ਨਾ, ਉਵੇਂ ਹੀ ਅੱਜ ਸਾਡਾ ਕਰ ਦਿਓ। ਤੈਨੂੰ ਕਿੰਨੀ ਵਾਰੀ ਕਿਹਾ ਸੀ ਸਿਮਰਨ, ਧਿਆਨ ਰੱਖੀ ਧਿਆਨ ਰੱਖੀ, ਪਰ ਤੂੰ ਤਾਂ ਨਾ। ਹਾਏ ਨੀ ਸਿਮਰਨ, ਆ ਤੂੰ ਕੀ ਕੀਤਾ? ਇਹ ਟੀਕੇ ਦਾ ਅਸਰ ਹੁਣ ਰਾਜਪੁੱਤਰ ਤੇ ਹੋ ਜਾਣਾ। ਹਾਏ ਭੂਆ ਜੀ, ਇਹਦੀ ਤਾਂ ਡੋਜ਼ ਵੀ ਇੰਨੀ ਹਾਈ ਸੀ, ਹੁਣ ਕੀ ਕਰਾਂ ਮੈਂ? ਤੂੰ ਐ ਕਰ, ਤੂੰ ਦਰਵਾਜ਼ਾ ਬੰਦ ਕਰ, ਮੈਂ ਕੁਛ ਲੈ ਕੇ ਆਉਣੀ, ਇਹਨੂੰ ਬੰਨਦੀਆਂ ਆਪਾਂ। ਹੋ ਲੱਡੂ ਤਾਂ ਆਪ ਡਰਿਆ ਹੋਇਆ, ਉਹਨੇ ਤੇਰੇ ਬਾਰੇ ਕੀ ਦੱਸਣਾ? ਤੂੰ ਉਹਦੀ ਚਿੰਤਾ ਛੱਡ ਦੇ। ਪਰ ਹਾਂ, ਹੋਰ ਬੜੇ ਲੋਕੀ ਨੇ ਜਿਹੜੇ ਤੇਰੇ ਸਾਰੇ ਕਾਲੇ ਚਿੱਠੇ ਸਾਹਮਣੇ ਲਿਆ ਸਕਦੇ ਨੇ, ਕੋਈ ਉਹਨਾਂ ਨੂੰ ਕਿਵੇਂ ਚੁੱਪ ਕਰਵਾਏਗਾ? ਦੇਖ ਛਿੰਦਿਆ, ਮੈਂ ਤਾਂ ਤੇਰੇ ਭਲੇ ਦੀ ਗੱਲ ਕੀਤੀ ਹੈ, ਬਾਕੀ ਜੇ ਤੈਨੂੰ ਸੱਚ ਕੌੜਾ ਲੱਗਦਾ ਹੈ ਤਾਂ ਠੀਕ ਹੈ, ਰਹਿ ਆਪਣੀ ਝੂਠ ਦੀ ਦੁਨੀਆ ਵਿੱਚ। ਮੈਂ ਇੱਥੋਂ ਬਾਹਰ ਨਿਕਲਣਾ ਹੈ, ਜੇ ਤੇਰੇ ਕੋਲ ਹੈ ਰਸਤਾ ਕੋਈ ਤਾਂ ਦੱਸ। ਉਹ ਮੇਰੀ ਗੱਲ ਧਿਆਨ ਨਾਲ ਸੁਣ, ਉਹ ਜਿਹਨੇ ਤੇਰਾ ਕੇਸ ਬਣਾਉਣਾ ਹੈ ਨਾ, ਉਹਨੇ ਖਰੀਦ ਲੈ, ਫੇਰ ਦੇਖੀ ਜਿਵੇਂ ਤੂੰ ਚਾਹੇਗਾ ਉਵੇਂ ਹੀ ਹੋਏਗਾ। ਹੈਗਾ ਤੂੰ ਪੁਲਿਸ ਵਾਲਾ ਤਾਂ ਤੈਨੂੰ ਪੁਲਿਸ ਵਾਲਿਆਂ ਦਾ ਨੀ ਪਤਾ, ਤੂੰ ਜਾਣਦਾ ਕਰਨ ਬਿਕਾਊ ਨੀ ਹੈਗਾ, ਉਹਦੀ ਛਵੀ ਤੇ ਇਮਾਨਦਾਰ ਤੇ ਸ਼ੱਕ ਨੀ ਕਰ ਸਕਦਾ। ਤੈਨੂੰ ਲੱਗਦਾ ਹੁਣ ਤੱਕ ਮੈਂ ਇੱਥੇ ਹੀ ਹੁੰਦਾ? ਉਹ ਕਿਹੜੀ ਦੁਨੀਆਂ 'ਚ ਜੀ ਰਿਹਾ ਹੋਏ, ਉਹ ਇਮਾਨਦਾਰੀ ਤੇ ਛਵੀ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ, ਤੂੰ ਇੱਕ ਵਾਰੀ ਗਲਤਾਂ ਕਰਕੇ ਦੇਖ ਉਹਦੇ ਨਾਲ। ਉਹ ਜੇ ਮੋਟੇ ਪੈਸੇ ਦੇਗਾ ਨਾ ਤਾਂ ਇਮਾਨਦਾਰੀ ਤਰੀ ਦੀ ਤਰੀ ਰਹਿ ਜਾਣੀ ਹੈ। ਜੈ ਹਿੰਦ ਜਨਾਬ। ਕੀ ਗੱਲ ਹੈ ਕਮਲ ਜੀ?
ਵਰਦੀ ਪਾ ਕੇ ਵਰਦੀ ਦੇ ਕਾਇਦੇ ਭੁੱਲ ਗਏ ਕਿ ਤੈਨੂੰ ਵੀ ਦੱਸਣਾ ਪਏਗਾ ਕਿ ਅਪਰਾਧੀ ਨਾਲ ਗੱਲ ਕਰਨਾ ਸਾਡੇ ਰੂਲਸ ਦੇ ਖਿਲਾਫ ਹੈ। ਜਨਾਬ ਮੈਂ ਹੋ ਜੇ ਅਪਰਾਧੀ ਨਾਲ ਗੱਲ ਕਰਕੇ ਕੀ ਕਰਾਂਗਾ ਜੀ, ਉਹ ਤਾਂ ਇਹਦਾ ਪਾਣੀ ਖਤਮ ਹੋ ਗਿਆ ਸੀ, ਬਸ ਉਹੀ ਦੇਣ ਆਇਆ ਸੀ। ਆਹ ਦੇਖੋ ਆ ਘੜਾ ਖਾਲੀ ਹੈ ਜੀ, ਮੈਂ ਪਾਣੀ ਲੈ ਕੇ ਆਇਆ। ਵੇਖ ਸ਼ਿੰਦਿਆ, ਵੈਸੇ ਤਾਂ ਮੈਂ ਚਾਰਜਸ਼ੀਟ ਬਣਾ ਲਈ ਹੈ, ਫਿਰ ਵੀ ਆਖਰੀ ਵਾਰੀ ਤੈਨੂੰ ਪੁੱਛ ਰਿਹਾ ਕਿ ਤੂੰ ਕਨਫੈਸ ਕਰ ਰਿਹਾ ਕਿ ਨਹੀਂ। ਜੇ ਤੂੰ ਕਨਫੈਸ ਕਰ ਲਏਗਾ ਤਾਂ ਤੇਰੇ ਲਈ ਵੀ ਚੰਗਾ ਹੀ ਹੋਏਗਾ। ਜੇ ਤੂੰ ਮੇਰਾ ਕਨਫੈਸ਼ਨ ਲੈਣਾ ਚਾਹੁੰਦਾ ਤਾਂ ਉਹ ਅਲੱਗ ਗੱਲ ਹੈ, ਪਰ ਜੇ ਤੂੰ ਮੇਰੇ ਤੋਂ ਹੋਰ ਕੁਝ ਚਾਹੁੰਦਾ ਉਹਦੀ ਗਰੰਟੀ ਮੈਂ ਲੈ ਸਕਦਾ। ਤੂੰ ਆਪਣੀ ਸਾਰੀ ਨੌਕਰੀ 'ਚ ਇੰਨੇ ਪੈਸੇ ਨਹੀਂ ਕਮਾਏ ਹੋਣੇ ਜਿੰਨੇ ਮੈਂ ਤੈਨੂੰ ਅੱਜ ਦੇ ਸਕਦਾ। ਹਾਂ ਨਾ ਤੇਰੇ ਹੱਥ ਵਿੱਚ। ਵੇਖ ਸ਼ਿੰਦਿਆ, ਤੂੰ ਮੈਨੂੰ ਜਾਣਦਾ ਨਹੀਂ ਹੈ, ਇਸ ਲਈ ਦੁਬਾਰਾ ਮੇਰੇ ਨਾਲ ਇਹੋ ਜਿਹੀ ਗੱਲ ਬਿਲਕੁਲ ਨਾ ਕਰੀ, ਨਹੀਂ ਤੇ ਨਵੀਂ ਚਾਰਜਸ਼ੀਟ ਵਿੱਚ ਇਹ ਗੱਲ ਵੀ ਲਿਖ ਲਿਆ। 1 ਕਰੋੜ ਮਤਲਬ ਮੇਰਾ ਪਲਾਨ ਕੰਮ ਕਰ ਰਿਹਾ। ਆਜਾ ਆਜਾ ਆਜਾ, ਤੇਰੇ ਮਾਰਾ ਮੁੱਕਾ ਤੇ ਮੈਂ ਤੈਨੂੰ ਧਲੇਸੜੀ। ਕੀ ਕਰ ਰਹੇ ਹੋ ਰਾਜ, ਕੀ ਕਰ ਰਹੇ ਹੋ? ਹੋਸ਼ ਵਿੱਚ ਆਓ ਰਾਜ, ਹੋਸ਼ ਵਿੱਚ ਆਓ। ਹੁਣ ਮੈਨੂੰ ਚੁੱਪ ਕਰਾਉਣ ਆਈ ਆ ਚੜੇਲੇ, ਤੈਨੂੰ ਤਾਂ ਮੈਂ ਦੱਸਦਾ। ਕੀ ਕਰ ਰਹੇ ਹੋ ਰਾਜ? ਸਿਮਰਨ ਆ ਮੈਂ, ਸਿਮਰਨ। ਨਹੀਂ ਤੂੰ ਧੋਖੇ ਬਾਜ਼ ਆ, ਤੇਰੇ ਹੱਥ ਚ ਕਰਨ ਦੀ ਰਿਵਾਲਵਰ ਆ। ਤੂੰ ਉਹੀ ਰਿਵਾਲਵਰ ਪਾਵਨੀ ਨੂੰ ਦੇ ਰਹੀ ਹੈ, ਹੁਣ ਬਸ ਪਾਵਨੀ ਗੋਲੀ ਚਲਾਉਣ ਲੱਗੀ ਹੈ। ਪਾਗਲ ਪਾਵਨੀ ਨਹੀਂ, ਪਾਗਲ ਤਾਂ ਤੂੰ ਹੈ। ਮੇਰੀ ਗੱਲ ਸੁਣੋ ਰਾਜ, ਤੁਸੀਂ ਜੋ ਕੁਛ ਵੀ ਕਹਿਣਾ ਬਾਅਦ ਵਿੱਚ ਕਹਿ ਲੈਣਾ, ਤੁਸੀਂ ਅਜੇ ਸੌ ਜਾਓ। ਮੇਰੀ ਗੱਲ ਸੁਣੋ, ਆਹ ਬੰਨੇ ਤੁਹਾਡੇ ਅੱਗੇ 2 ਹੱਥ, ਜੇ ਤੁਸੀਂ ਜ਼ਿਆਦਾ ਰੌਲਾ ਪਾਇਆ ਨਾ ਤੇ ਪਾਵਨੀ ਨੇ ਉੱਥੋਂ ਉੱਠ ਕੇ ਆ ਜਾਣਾ ਹੈ। ਰਿਵਾਲਵਰ ਪਾਵਨੀ ਦੇ ਹੱਥ ਹੈ, ਪਾਵਨੀ ਬਸ ਹੁਣ ਗੋਲੀ ਚਲਾਉਣ ਲੱਗੀ ਹੈ। ਪਿਸ਼ਕਿਓ ਲੈ, ਤੂੰ ਇਹ ਜਾਸੂਸੀ ਵਾਲਾ ਚਸ਼ਮਾ ਪਾ ਲੈ। ਤੂੰ ਪਾਵਨੀ ਨੂੰ ਪਾਗਲ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਿਮਰਨ, ਉਹਨੂੰ ਗਲਤ ਦਵਾਈਆਂ ਦੇ ਰਹੀ ਹੈ। ਜਦਕਿ ਪਾਗਲ ਉਹ ਨਹੀਂ, ਪਾਗਲ ਤਾਂ ਤੂੰ ਹੈ, ਦਵਾਈਆਂ ਦੀ ਲੋੜ ਤੈਨੂੰ ਹੈ। ਕੀ ਕਰ ਰਹੇ ਹੋ ਰਾਜ, ਮੇਰੀ ਗੱਲ ਤਾਂ ਸੁਣੋ ਪਲੀਜ਼, ਤੁਸੀਂ ਚੁੱਪ ਕਰਕੇ ਸੋ ਜਾਓ ਤੇ ਆਪਣਾ ਮੂੰਹ ਬੰਦ ਰੱਖੋ। ਮੈਂ ਤੈਨੂੰ ਠੀਕ ਕਰਨਾ ਸਿਮਰਨ, ਤੂੰ ਗਲਤ ਕਰ ਰਹੀ ਸੀ ਨਾ, ਜੋ ਕੀਤਾ ਤੂੰ ਕੀਤਾ ਸਭ ਕੁਛ, ਹੈਨਾ? ਹੁਣ ਮੇਰੇ ਸਾਹਮਣੇ ਸੱਚੀ ਨਾ ਬਣ ਕੇ ਵਿਖਾ, ਓਕੇ? ਇਹ ਸਭ ਪਿੱਛੇ ਤੇਰਾ ਹੱਥ ਸੀ। ਹਾਂ ਹਾਂ, ਮੇਰੇ ਕਰਕੇ ਹੋਇਆ, ਮੈਂ ਕੀਤਾ ਸਭ ਕੁਛ, ਮੈਂ ਹੀ ਸੀ ਜੋ ਪਾਵਨੀ ਨੂੰ ਪਾਗਲ ਸਾਬਿਤ ਕਰਨ ਲੱਗੀ ਹੋਈ ਆ, ਜਿਹੜੀ ਆਪਣੀ ਸਹੇਲੀ ਨੂੰ ਨਕਲੀ ਡਾਕਟਰ ਬਣਾ ਕੇ ਨਕਲੀ ਦਵਾਈਆਂ ਦੇ ਕੇ ਪਾਵਨੀ ਨੂੰ ਅਸਲੀ ਚ ਪਾਗਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਪਰ ਤੁਹਾਨੂੰ ਨਹੀਂ, ਪਰ ਮੈਂ ਇਹ ਕਿਹਦੇ ਲਈ ਕਰ ਰਹੀ ਆ? ਆਪਣੇ ਲਈ ਨਹੀਂ ਨਾ, ਮੈਂ ਇਹ ਤੁਹਾਡੇ ਲਈ ਕਰ ਰਹੀ ਆ ਤੇ ਆਪਣੇ ਨੂਰ ਪੁੱਤਰ ਲਈ ਕਰ ਰਹੀ ਆ। ਪਲੀਜ਼ ਚੁੱਪ ਕਰਕੇ ਮੇਰੀ ਮਦਦ ਕਰੋ ਰਾਜ, ਪਲੀਜ਼ ਤੁਸੀਂ ਕੁਛ ਟਾਈਮ ਸ਼ਾਂਤ ਹੋ ਜਾਓ, ਸਭ ਠੀਕ ਹੋ ਜਾਊਗਾ। ਪਾਵਨੀ ਨੂੰ ਪਾਗਲ ਸਾਬਿਤ ਕਰਨਾ, ਸੁਣ ਰਹੇ ਹੋ ਨਾ? ਉਹ ਟੀਕਾ ਮੈਂ ਤੁਹਾਨੂੰ ਨਹੀਂ ਲਾਣਾ ਸੀ, ਉਹ ਪਾਵਨੀ ਤੇ ਲਾਣਾ ਸੀ, ਗਲਤੀ ਨਾਲ ਤੁਹਾਨੂੰ ਲੱਗ ਗਿਆ। ਵਾਹ ਜੀ ਵਾਹ, ਤੂੰ ਤਾਂ ਬੜਾ ਕਮਾਲ ਕਰ ਰਹੀ ਹੈ, ਇਹਦੇ ਬਦਲੇ ਤਾਂ ਤੁਹਾਨੂੰ ਰਾਣੀ ਹਾਰ ਮਿਲਣਾ ਚਾਹੀਦਾ। ਇਹ ਸਭ ਤੇਰਾ ਕੀਤਾ ਕਰਾਇਆ ਸਿਮਰਨ, ਤੇਰਾ। ਸਭ ਦਾ ਚੈਨ ਖੋ ਕੇ ਤੂੰ ਹੁਣ ਚੈਨਲ ਰਹਿਣਾ ਚਾਹੁੰਦੀ ਹੈ ਸਿਮਰਨ? ਪਲੀਜ਼ ਜੋ ਕੁਛ ਵੀ ਕਹਿਣਾ ਬਾਅਦ ਵਿੱਚ ਕਹਿ ਲੈਣਾ ਰਾਜ, ਤੁਸੀਂ ਪਲੀਜ਼ ਸੋ ਜਾਓ। ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਤੁਹਾਨੂੰ ਨੀਂਦ ਦੀ ਗੋਲੀ ਦੇ ਦਿੰਦੀ ਹਾਂ। ਓ ਤੂੰ ਭਰਾ ਹਟ, ਹੈਂ? ਤੂੰ ਆਪਣੇ ਭਰਾ ਨਾਲ ਐਵੇਂ ਕਰ ਸਕਦੀ ਹੈ? ਪਾਵਨੀ ਨਾਲ ਐਵੇਂ ਕਰ ਸਕਦੀ ਹੈ? ਮੈਨੂੰ ਤਾਂ ਤੇਰੀ ਦਿੱਤੀ ਹੋਈ ਦਵਾਈ ਤੇ ਯਕੀਨ ਨਹੀਂ ਹੈਗਾ। ਚੱਲ ਪਰਾਂ ਹੋ ਜਾ, ਕੋਈ ਇਤਬਾਰ ਨਹੀਂ ਮੈਨੂੰ ਤੇਰੇ ਤੋਂ, ਦਫਾ ਹੋ ਜਾ ਤੂੰ। ਇਸ ਬੰਦੇ ਨੇ ਤਾਂ ਨਾ ਮੈਨੂੰ ਕਿਤੋਂ ਦਾ ਨਹੀਂ ਛੱਡਣਾ, ਹਮੇਸ਼ਾ ਮੈਨੂੰ ਫਸਾ ਹੀ ਦਿੰਦਾ ਬਸ।
ਤੁਸੀਂ ਤੁਸੀਂ ਮੇਰਾ ਫੇਵਰਿਟ ਟੁਆਏ ਸੁੱਟ ਦਿਆ ਸੀ। ਤੁਸੀਂ ਦੋਨੋਂ ਇੱਥੇ ਖੜੇ ਕੀ ਸੁਣ ਰਹੇ ਸੀ? ਤੁਹਾਨੂੰ ਨਹੀਂ ਪਤਾ ਜਦੋਂ ਵੱਡੇ ਗੱਲ ਕਰਦੇ ਨੇ ਤਾਂ ਛੋਟਿਆਂ ਨੂੰ ਵਿੱਚ ਨਹੀਂ ਆਉਣਾ ਚਾਹੀਦਾ। ਮੈਨੂੰ ਸੱਚ ਸੱਚ ਦੱਸੋ ਕੀ ਕੁਝ ਸੁਣਿਆ ਤੁਸੀਂ ਦੋਨਾਂ ਨੇ, ਨਹੀਂ ਤਾਂ ਮੈਂ ਤੁਹਾਨੂੰ ਦੋਨਾਂ ਨੂੰ ਨਹੀਂ ਛੱਡਣਾ ਅੱਜ। ਮੈਂ ਤਾਂ ਤੁਹਾਨੂੰ ਦੱਸਣ ਆਇਆ ਸੀ ਮੇਰਾ ਸਕੂਲ ਦਾ ਕੰਮ ਬਾਕੀ ਹੈ ਤੇ ਸਕੂਲ ਵਿੱਚ ਇੱਕ ਨਾਟਕ ਹੋ ਰਿਹਾ ਹੈ, ਮੈਂ ਉਹਦੀ ਤਿਆਰੀ ਕਰਨੀ ਸੀ, ਇਸ ਲਈ ਮੈਂ ਤੁਹਾਡੇ ਕੋਲ ਆ ਰਿਹਾ ਸੀ। ਪਰ ਪਾਪਾ ਨੂੰ ਕੀ ਹੋਇਆ? ਤੁਸੀਂ ਪਾਪਾ ਨੂੰ ਬੰਨਿਆ ਹੋਇਆ ਕਿਉਂ ਹੈ? ਕੁਛ ਨਹੀਂ ਹੋਇਆ ਤੁਹਾਡੇ ਪਾਪਾ ਨੂੰ, ਤੁਸੀਂ ਦੋਵੇਂ ਥੱਲੇ ਜਾਓ। ਨੂਰ ਪੁੱਤਰ, ਤੇਰੇ ਸਕੂਲ ਦਾ ਜੋ ਹੋਮਵਰਕ ਹੈ ਨਾ ਉਹ ਮੈਂ ਬਾਅਦ ਚੋਂ ਆਪ ਕਰਵਾ ਦੇਵਾਂਗੀ। ਤੇਰੇ ਪਾਪਾ ਨਾ ਬਹੁਤ ਨਸ਼ੇ ਵਿੱਚ ਨੇ, ਉਹ ਕੁਛ ਵੀ ਬੋਲੀ ਜਾਂਦੇ ਨੇ, ਇਸ ਕਰਕੇ ਮੈਂ ਇਹਨਾਂ ਨੂੰ ਬੰਨ ਦਿੱਤਾ ਹੈ। ਤੁਸੀਂ ਟੈਨਸ਼ਨ ਨਾ ਲਓ, ਮੈਂ ਪਾਪਾ ਨੂੰ ਆਪ ਦੇਖ ਲਵਾਂਗੀ। ਜਾਓ ਮੇਰਾ ਪੁੱਤਰ, ਜਾਓ ਤੁਸੀਂ ਖੇਲੋ। ਹਾਂ ਠੀਕ ਹੈ ਮੰਮੀ, ਅਸੀਂ ਦੋਵੇਂ ਬਾਹਰ ਬਹਿ ਕੇ ਤੁਹਾਡਾ ਵੇਟ ਕਰਦੇ ਹਾਂ। ਠੀਕ ਹੈ ਪੁੱਤਰ, ਜਾਓ। ਮੇਰੀ ਮੰਮੀ ਸੁਪਰਮੈਨ ਨੂੰ ਕੋਈ ਦਵਾਈ ਦੇ ਰਹੀ ਹੈ ਤੇ ਉਹ ਉਹਨਾਂ ਨੂੰ ਪਾਗਲ ਬਣਾ ਰਹੀ ਹੈ। ਕੀ ਇਹ ਵੀ ਕੋਈ ਕਰ ਸਕਦਾ ਹੈ? ਮੈਨੂੰ ਨਹੀਂ ਪਤਾ, ਪਰ ਮੈਂ ਆਪਣੀ ਸੁਪਰ ਮੰਮ ਨੂੰ ਬੜਾ ਪਿਆਰ ਕਰਦਾ, ਮੈਂ ਆਪਣੇ ਮੰਮੀ ਪਾਪਾ ਤੋਂ ਵੀ ਜ਼ਿਆਦਾ ਸੁਪਰ ਮੰਮ ਨੂੰ ਪਿਆਰ ਕਰਦਾ, ਮੈਂ ਨਹੀਂ ਚਾਹੁੰਦਾ ਕਿ ਸੁਪਰ ਮੰਮ ਪਾਗਲ ਹੋ ਜਾਣ। ਨੂਰ, ਤੂੰ ਮਾਤਾ ਰਾਣੀ ਤੇ ਵਿਸ਼ਵਾਸ ਰੱਖ, ਉਹ ਆਪਣੇ ਭਗਤਾਂ ਦੀ ਪੂਰੀ ਸਾਂਭ ਸੰਭਾਲ ਕਰਦੇ ਨੇ, ਪਰ ਜੇ ਉਹ ਸੁਪਰ ਆਂਟੀ ਨੂੰ ਇੰਜੈਕਸ਼ਨ ਲਗਾ ਰਹੇ ਨੇ ਤਾਂ ਸਾਨੂੰ ਪੁਲਿਸ ਅੰਕਲ ਨੂੰ ਤਾਂ ਦੱਸਣਾ ਹੀ ਚਾਹੀਦਾ। ਹਾਂ, ਜਿਵੇਂ ਉਹ ਆਉਣਗੇ ਮੈਂ ਉਹਨਾਂ ਨੂੰ ਦੱਸ ਦਿਆਂਗਾ, ਪਰ ਜਦ ਤੱਕ ਉਹ ਨਹੀਂ ਆਉਂਦੇ ਨਾ ਸਾਨੂੰ ਸੁਪਰ ਆਂਟੀ ਦੇ ਨਾਲ ਹੀ ਰਹਿਣਾ ਚਾਹੀਦਾ। ਤੂੰ ਸਹੀ ਕਹਿ ਰਹੀ ਹੈ ਚੁਟਕੂ, ਸਾਨੂੰ ਸੁਪਰ ਮੰਮ ਦਾ ਧਿਆਨ ਰੱਖਣਾ ਚਾਹੀਦਾ। ਅੰਦਰਲੀ ਤੇ ਬਾਹਰਲੀ ਦੁਨੀਆ 'ਚ ਬੜਾ ਫਰਕ ਹੁੰਦਾ ਹੈ। ਮੈਂ ਤਾਂ ਸੁਣਿਆ ਸੀ ਤੂੰ ਆਪਣੀ ਵਰਦੀ ਦਾ ਬੜਾ ਪੱਕਾ ਬੰਦਾ ਹੈ, ਪਰ ਤੂੰ ਤਾਂ ਸਾਡੇ ਵਰਗਾ ਹੀ ਨਿਕਲਿਆ। ਇਹ ਡੀਲ ਮੈਨੂੰ ਮਨਜ਼ੂਰ ਹੈ, ਪੈਸੇ ਜਿੱਥੇ ਤੇ ਜਿਵੇਂ ਕਹੇਗਾ ਪਹੁੰਚ ਜਾਣਗੇ। ਵੇਖ ਚਿੰਦਿਆ, ਡੀਲ ਤੇ ਮੈਨੂੰ ਮਨਜ਼ੂਰ ਹੈ, ਪਰ ਇਹ ਡੀਲ ਤੇਰੇ ਤੇ ਮੇਰੇ ਵਿਚਕਾਰ ਹੋਈ ਹੈ, ਇਹਦਾ ਰੌਲਾ ਨਹੀਂ ਪੈਣਾ ਚਾਹੀਦਾ। ਨਾ ਜੀ, ਮੇਰੇ ਦੂਜੇ ਕੰਨ ਨੂੰ ਵੀ ਨਹੀਂ ਪਤਾ ਲੱਗਣਾ, ਤੁਸੀਂ ਟੈਨਸ਼ਨ ਨਾ ਲਓ। ਤਾਂ ਫਿਰ ਠੀਕ ਹੈ, ਤੇ ਮੈਨੂੰ ਆਪਣਾ ਸਾਰਾ ਪਿਛੋੜ ਕਰ ਦੱਸ। ਲਓ ਜੀ, ਤੁਸੀਂ ਤਾਂ ਮੇਰਾ ਸਾਰਾ ਇਤਿਹਾਸ ਜਾਣਨਾ ਚਾਹੁੰਦੇ ਹੋ। ਇਤਿਹਾਸ ਹੀ ਭਵਿੱਖ ਬਣਾਉਂਦਾ ਹੈ, ਜੇ ਸਿਰਫ ਇਸ ਕੇਸ ਦੀ ਗੱਲ ਹੁੰਦੀ ਤਾਂ ਮੈਂ ਸਾਂਭ ਲੈਂਦਾ, ਪਰ ਤੇਰੇ ਉੱਤੇ ਪਹਿਲਾਂ ਹੀ ਇੰਨੇ ਸਾਰੇ ਕੇਸ ਨੇ, ਕਿਹੜੀ ਕਿਹੜੀ ਗੱਲ ਤੇਰੇ ਖਿਲਾਫ ਖੜੀ ਹੋ ਸਕਦੀ ਹੈ, ਮੈਨੂੰ ਉਹਦਾ ਵੀ ਸਲੂਸ਼ਨ ਤੇ ਲੱਭਣਾ ਹੀ ਪੈਣਾ ਨਾ, ਤੇ ਫਿਰ ਇਹ ਚਾਰਜਸ਼ੀਟ ਵੀ ਤੇਰੇ ਹਿਸਾਬ ਨਾਲ ਹੀ ਬਣਨੀ। ਵੈਸੇ ਤਾਂ ਮੈਂ ਆਪਣਾ ਕੰਮ ਬੜਾ ਹੀ ਚਲਾਕੀ ਨਾਲ ਕਰਦਾ, ਪਿੱਛੇ ਸਬੂਤ ਛੱਡ ਦਿਆਂ ਇਹਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਐਤਕੀ ਥੋੜ੍ਹੀ ਕਿਸਮਤ ਬੁਰੀ ਸੀ ਕਿ ਫੜਿਆ ਗਿਆ। ਇਸ ਹਫ਼ਤੇ ਮੈਂ ਜਾਣਦਾ ਛੰਡਿਆ, ਮੈਂ ਇਸ ਤੋਂ ਪਹਿਲਾਂ ਤਾਂ ਜਾਣਨਾ ਚਾਹੁੰਦਾ। ਹੁਣ ਤੱਕ ਮੈਂ 80 ਕੁੜੀਆਂ ਅਤੇ 15 ਮੁੰਡੇ ਅਗਵਾਹ ਕਰਕੇ ਅੱਗੇ ਭੇਜ ਚੁੱਕਾ ਜੀ, ਬਸ ਸ਼ਤਕ ਵੱਜਣ ਵਾਲਾ ਜੀ, ਬਸ ਹੁਣ ਤੁਹਾਡਾ ਕਰਮ ਹੈ, ਉਹ ਵੀ ਹੋ ਜਾਣਾ। ਆਪਣਾ ਤਾਂ ਬੜਾ ਸਿੰਪਲ ਜਿਹਾ ਫੰਡਾ ਹੈ ਜੀ, ਲੈਣ ਦੇਣ ਵਾਲੇ ਨੂੰ ਖੁਸ਼ ਰੱਖੀਦਾ, ਤੇ ਜੇ ਕੋਈ ਬਾਹਲੀ ਚਲਾਕੀ ਕਰਦਾ ਤਾਂ ਉਹਦੀ ਸੰਗੀ ਘੁੱਟ ਦੇਈਦੀ ਉੱਥੇ। ਇਹ ਬੱਚਾ ਤੂੰ ਕਿੱਥੋਂ ਕਿੱਥੋਂ ਕਿਡਨੈਪ ਕੀਤੇ ਸੀ, ਸ਼ੁਰੂ ਕਿੱਥੋਂ ਕੀਤਾ ਸੀ? ਵੇਖੋ ਜੀ, ਬਠਿੰਡੇ ਦਾ ਰਹਿਣ ਵਾਲਾ ਤੇ ਉੱਥੋਂ ਹੀ ਸ਼ੁਰੂ ਕੀਤਾ ਸੀ, ਨਾ ਪਿਓ ਕੋਲ ਜ਼ਮੀਨ ਸੀ ਤਾਂ ਨਾ ਮੇਰੇ ਕੋਲ ਕੰਮ, ਹੁਣ ਕੁਝ ਤਾਂ ਕਰਨਾ ਸੀ, ਮੈਨੂੰ ਕੁਝ ਐਸੇ ਬੰਦੇ ਮਿਲੇ ਜੋ ਬੱਚੀਆਂ ਦੇ ਵੰਡੇ
ਮੈਨੂੰ ਚੰਗੀ ਰਕਮ ਦੇਣ ਨੂੰ ਤਿਆਰ ਸੀ ਤਾਂ ਮੈਂ ਬਠਿੰਡੇ ਇਲਾਕੇ 'ਚੋਂ 6 ਬੱਚਿਆਂ ਨੂੰ ਅਗਵਾ ਕੀਤਾ। ਉੱਥੋਂ ਦੇ ਲੋਕਾਂ ਨੂੰ ਮੇਰੇ 'ਤੇ ਸ਼ੱਕ ਹੋ ਗਿਆ ਤਾਂ ਮੈਂ ਪਠਾਨਕੋਟ ਚਲਾ ਗਿਆ। ਉੱਥੇ ਜਦੋਂ ਮੈਨੂੰ ਮੌਕਾ ਮਿਲਦਾ ਮੈਂ ਉੱਥੋਂ ਇਹ ਕੰਮ ਕਰ ਲੈਂਦਾ। ਹੁਣ ਇਹ ਬੱਚੀ ਮੋਹਾਲੀ ਦੀ ਰਹਿਣ ਵਾਲੀ ਸੀ ਤਾਂ ਮੈਂ ਇੱਥੇ ਆ ਗਿਆ। ਵੈਸੇ ਜੇ ਬੱਚੀ ਨੂੰ ਤੂੰ ਨਾ ਬਚਾਉਂਦਾ ਤਾਂ ਇਹਦੇ ਵੀ ਚੰਗੇ ਪੈਸੇ ਮਿਲਣੇ ਸੀ। ਹੁਣ ਮੈਨੂੰ ਬਾਹਰ ਆ ਕੇ ਕੋਈ ਨਵਾਂ ਸ਼ਿਕਾਰ ਲੱਭਣਾ ਪੈਣਾ। ਛਿੰਦਿਆ, ਹੁਣ ਤਾਂ ਉਹ ਦਿਨ 35 ਸਾਲ ਬਾਅਦ ਹੀ ਆਊਗਾ ਜਦੋਂ ਤੂੰ ਜੇਲ੍ਹ ਤੋਂ ਬਾਹਰ ਨਿਕਲੇਗਾ। ਵੇਖੋ ਜੀ, ਬਠਿੰਡੇ ਦਾ ਰਹਿਣ ਵਾਲਾ ਤੇ ਉੱਥੋਂ ਹੀ ਸ਼ੁਰੂ ਕੀਤਾ ਸੀ। ਨਾ ਪਿਓ ਕੋਲ ਜ਼ਮੀਨ ਸੀ ਤਾਂ ਨਾ ਮੇਰੇ ਕੋਲ ਕੰਮ। ਹੁਣ ਕੁਝ ਤਾਂ ਕਰਨਾ ਸੀ। ਮੈਨੂੰ ਕੁਝ ਐਸੇ ਬੰਦੇ ਮਿਲੇ ਜੋ ਬੱਚੀਆਂ ਦੇ ਵੰਡੇ ਮੈਨੂੰ ਚੰਗੀ ਰਕਮ ਦੇਣ ਨੂੰ ਤਿਆਰ ਸੀ ਤਾਂ ਮੈਂ ਬਠਿੰਡੇ ਇਲਾਕੇ 'ਚੋਂ 6 ਬੱਚਿਆਂ ਨੂੰ ਅਗਵਾ ਕੀਤਾ। ਤੇਰੇ ਖਿਲਾਫ਼ ਕਾਫ਼ੀ ਸਬੂਤ ਮਿਲ ਗਏ ਨੇ। ਹੁਣ ਤਾਂ ਤੇਰਾ ਬੱਚਾ ਬੜਾ ਔਖਾ ਹੈ ਤੇ ਵੈਸੇ ਵੀ ਮੈਂ ਤੈਨੂੰ ਬੱਚਾ ਨਹੀਂ ਦੇਣਾ ਸੀ। ਇਹ ਤਾਂ ਧੋਖਾ ਹੈ, ਸਾਡੇ ਵਿੱਚ ਡੀਲ ਹੋਈ ਸੀ। ਤੇਰੇ ਵਰਗਾ ਗੁਨੇਗਾਰ ਧੋਖੇ ਦੀ ਗੱਲ ਕਰ ਰਿਹਾ। ਮੈਨੂੰ ਤੇਰੇ ਖਿਲਾਫ਼ ਕਨਫੈਸ਼ਨ ਚਾਹੀਦਾ ਸੀ ਤੇ ਉਹ ਤਾਂ ਮੈਨੂੰ ਮਿਲ ਗਿਆ।